तो यह साड़ी भी एक जिम्मेवारी बनती है कि असी भी तनों मनों ये चीज़ के उपर फोकस करिए तो समाज के नशा उन्हू ठल पवे। कोई भी चाहे संस्था है चाहे कोई लहर है तो वह एक प्रॉपर वे डिसिप्लिन होना चाहिए, वो कुछ रूल होने चाहिए है। कमेटी बनाना बहुत वधिया गल है। कमेटी किसी के परसनल स्वार्थ तो उपर उठ के होनी चाहिए है। आप देखते हैं मेरा बच्चा जज बनूगा, मेरा बच्चा अफसर बनूगा, बट आपको यह भी सोचना चाहिए सिर्फ इतों तक ना सीमित रही है कि मैं तो तेरी यार फीस भरती पढ़ना तो तू हाँ, इतों तक सीमित ना रही है। अपने बच्चों का यह नहीं पता भी कि क्लास च पढ़ रहा तो आप बच्चे किमें जानते होवे। अड्डे बस स्टैंड बागे बन की गल करिए तो पुलिस जी रूटीन चेकिंग होंगी है उत्थे मुंडे बैठे होंगे तो जो पुलिस आँदी है मुंडा तो कार्रवाई हो जाती है तो आम लोगों का कहना कहते कुड़ियां बैठी होंगे पर कुड़ियां पुलिस नहीं पुछती भी तुम कदों बैठिया इतने। जग सक देख रहे सारे दोस्तों मित्रों वाहगुरू जी का खालसा वाहगुरू जी की फतेह। दोस्तों तुहानू सारयां नू पता है कि पंजाब दे विच इस टाइम नशे नू लैके लगातार पंजाब दे लोग बड़े परेशान आ, खास करके सरकार भी इस गल नू लैके परेशान हैगी है। तो जेकर मैं हलका बाघा अपना जिला मोगा की गल करा तो इस टाइम बाघा अपना एरिए भी बहुत पिंडा दे विच जिहड़ियां कमेटियां बन के ते जिहड़े नशा तस्कर आ उन्हां नू काबू करन लई आपदी मुहिम जिहड़ी पिंडां वाले लोगों वालों चलाई गई है। तो कई बार ये होंदा भी पुलिस नू बड़े लांभे होंदे आ भी पुलिस छेती देने आउंदी नहीं क्योंकि कार्रवाई नहीं करदियां। जिते जिते जाके असी थोड़ा आवाज़ किया हैगा भी पुलिस कोले नफरी घट होण दे वड्डे कारण हो सकदे आ ते उह मौके सर कई बार नहीं पहुँचा जा सकता। कई चीज़ां होंदियां जिहड़ियां ਉਹ ਸਾਹਮਣੇ ਵੀ ਲਿਆਉਣੀਆਂ ਹੁੰਦੀਆਂ ਕਿਉਂਕਿ ਲੋਕਾਂ ਦੇ ਲਾਂਭੇ ਹਮੇਸ਼ਾ ਸਰਕਾਰ ਨਾਲ ਹੀ ਹੁੰਦੇ ਆ ਕਿਉਂਕਿ ਕੋਈ ਵੀ ਜੇਕਰ ਲਾਂਭਾ ਦੇਣਾ ਤਾਂ ਸਰਕਾਰ ਨੂੰ ਦਿੱਤਾ ਜਾਂਦਾ। ਅਸੀਂ ਉਹਨਾਂ ਚੀਜ਼ਾਂ ਨੂੰ ਲੈ ਕੇ ਅੱਜ ਸਰਦਾਰ ਅਮਨਦੀਪ ਸਿੰਘ SHO ਬਾਘਾ ਬਣਾ ਜਿਹੜੇ ਕਿ ਕੰਬੋਜ ਉਹਨਾਂ ਨੂੰ ਅਸੀਂ ਬੁਲਾਇਆ ਗਿਆ, ਇਹਨਾਂ ਨਾਲ ਅਸੀਂ ਕੁਛ ਗੱਲਾਂ ਬਾਤਾਂ ਕਰਨੀਆਂ ਹੈਗੀਆਂ। ਖਾਸ ਕਰਕੇ ਥਾਣਾ ਬਾਘਾ ਬਣਾ ਅਧੀਨ ਆਉਂਦਾ ਸਾਰਾ ਹਲਕਾ ਜਾਂ ਜਿਹੜੇ ਪਿੰਡ ਆਉਂਦੇ ਆ ਉਹਨਾਂ ਦੇ ਪਿੰਡਾਂ ਦੇ ਵਿੱਚ ਕੀ ਕੁਛ ਚੱਲ ਰਿਹਾ, ਇਸ ਟਾਈਮ ਕਿੱਥੇ ਕਿੱਥੇ ਕਮੇਟੀਆਂ ਬਣੀਆਂ, ਕਿਸ ਤਰ੍ਹਾਂ ਦਾ ਜਿਹੜਾ ਰੋਲ ਆ ਪੁਲਿਸ ਦਾ ਹੈਗਾ ਅਤੇ ਉਹ ਲੋਕ ਕਿਸ ਤਰ੍ਹਾਂ ਜਾ ਕੇ ਉਹਨਾਂ ਨਸ਼ਾ ਤਸਕਰਾਂ ਨੂੰ ਜਾਂ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਦੀ ਹੈਲਪ ਕਰ ਸਕਦੇ ਹੈਗੇ ਆ। ਮੇਰੇ ਨਾਲ ਸਾਥੀ ਰਹਿਣਗੇ ਜਗਤਾਰ ਸਿੰਘ ਸਰਾਂ ਅਤੇ ਸਰਦਾਰ SHO ਅਮਨਦੀਪ ਸਿੰਘ ਕੰਬੋਜ। ਤੁਹਾਡਾ ਸਵਾਗਤ ਹੈ ਜੀ। ਧੰਨਵਾਦ ਜੀ। SHO ਸਾਹਿਬ ਨਸ਼ੇ ਨੂੰ ਲੈ ਕੇ ਲਗਾਤਾਰ ਰੌਲੇ ਪੈਂਦੇ ਰਹਿੰਦੇ ਆ, ਕਮੇਟੀਆਂ ਵੀ ਆਪਣੇ ਜਿਹੜੇ ਥਾਣੇ ਅਧੀਨ ਆਉਂਦੇ ਪਿੰਡਾਂ ਉਹਨਾਂ 'ਚ ਬਣਨੀਆਂ ਸ਼ੁਰੂ ਹੋ ਗਈਆਂ। ਅਤੇ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਵੀ ਜਿਹੜੀਆਂ ਕਮੇਟੀਆਂ ਬਣੀਆਂ ਹੈਗੀਆਂ ਉਹ ਕਿਸ ਤਰ੍ਹਾਂ ਦੇ ਰੂਲ ਅਪਣਾਉਣ ਜਿਹੜਾ ਉਹਨਾਂ ਨੂੰ ਵੀ ਕਿਸੇ ਨੂੰ ਪਰੇਸ਼ਾਨੀ ਨਾ ਆਵੇ ਅਤੇ ਜਿਹੜੇ ਨਸ਼ਾ ਤਸਕਰ ਆ ਉਹਨਾਂ ਨੂੰ ਵੀ ਕਾਬੂ ਕਰ ਲਿਆ ਜਾਵੇ ਅਤੇ ਜਿਹੜੀ ਇਹ ਅਲਾਮਤ ਨੂੰ ਖਤਮ ਕਰਨ ਦੇ ਵਿੱਚ ਵੱਡਾ ਯੋਗਦਾਨ ਲੋਕਾਂ ਦਾ ਵੀ ਮੰਨ ਸਕੀ। ਜੋ ਇਹ ਨਸ਼ੇ ਦੀ ਪ੍ਰੋਬਲਮ ਹੈ ਅੱਜ ਆਪਣੇ ਸਮਾਜ ਦੇ ਵਿੱਚ ਸੋਸਾਇਟੀ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਹੈ ਜਿਸ ਨੂੰ ਲੈ ਕੇ ਸਾਡੇ ਮਾਣਯੋਗ DGP ਸਾਹਿਬ ਬਹੁਤ ਸਾਰੇ ਐਫਰਟਸ ਕਰ ਰਹੇ ਆ, ਸਾਨੂੰ ਹਰ ਤਰ੍ਹਾਂ ਦੇ ਫੈਸਿਲਿਟੀਜ਼ ਵੀ ਪ੍ਰੋਵਾਈਡ ਕਰਵਾ ਰਹੇ ਆ, ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਹੈ ਉਹ ਚੀਜ਼ਾਂ ਵੀ ਕਰ ਰਹੇ ਆ। ਤਾਂ ਉਸ ਉਹਨਾਂ ਦੇ ਦਿਸ਼ਾ ਨਿਰਦੇਸ਼ ਮੁਤਾਬਕ ਸਾਡੇ ਮਾਣਯੋਗ SSP ਸਾਹਿਬ ਸਾਨੂੰ ਡੇਲੀ ਬੇਸਿਸ 'ਤੇ ਗਾਈਡ ਕਰਦੇ ਆ ਅਤੇ ਜੋ ਵੀ ਓਪਰੇਸ਼ਨਸ ਕਰਨ ਲਈ ਜਾਂ ਜੋ ਵੀ ਆਪਾਂ ਨੂੰ ਚੀਜ਼ਾਂ ਲੋੜੀਂਦੀਆਂ ਨੇ ਉਹ ਸਾਨੂੰ ਪ੍ਰੋਵਾਈਡ ਕਰਾਉਂਦੇ ਨੇ। ਤਾਂ ਇਹ ਸਾਡੀ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਵੀ ਤਨੋਂ ਮਨੋਂ ਇਹ ਚੀਜ਼ ਦੇ ਉੱਪਰ ਫੋਕਸ ਕਰੀਏ ਅਤੇ ਸਮਾਜ ਦੇ ਵਿੱਚ ਨਸ਼ਾ ਉਹਨੂੰ ਠੱਲ ਪਵੇ ਅਤੇ ਉਹ ਖਤਮ ਹੋ ਜਾਵੇ। ਤਾਂ ਉਹਦੇ ਲਈ ਅਸੀਂ ਵੀ ਐਫਰਟਸ ਕਰ ਰਹੇ ਹਾਂ ਅਤੇ ਪਿੰਡਾਂ ਦੇ ਵਿੱਚ ਜੋ ਤੁਸੀਂ ਕਿਹਾ ਵੀ ਕਮੇਟੀਆਂ ਜੋ ਬਣ ਰਹੀਆਂ ਉਹ ਪਿੰਡਾਂ ਕਈ ਪਿੰਡਾਂ ਦੇ ਵਿੱਚ ਕਮੇਟੀਆਂ ਬਣੀਆਂ। ਕਮੇਟੀਆਂ ਦਾ ਵੀ ਮੇਨ ਮੋਟਿਵ ਇਹੀ ਹੈ ਕਿ ਸਾਡੇ ਪਿੰਡ ਆ ਜਿਹੜੇ ਪਿੰਡ ਲੈਵਲ 'ਤੇ ਕਮੇਟੀ ਬਣਦੀ ਹੈ ਤਾਂ ਪਿੰਡ ਦਾ ਇਹੀ ਹੈ ਵੀ ਸਾਡਾ ਪਿੰਡ ਸੁਚਾਰੂ ਢੰਗ ਨਾਲ ਚੱਲੇ, ਇੱਥੇ ਜੋ ਬਾਕੀ ਜਿਹੜੀਆਂ ਮਾੜੀ ਐਕਟੀਵਿਟੀਜ਼ ਨੇ ਉਹ ਖਤਮ ਹੋ ਜਾਣ, ਜਿਹੜਾ ਨਸ਼ਾ ਉਹ ਵੀ ਖਤਮ ਹੋ ਜਾਵੇ। ਤਾਂ ਅਸੀਂ ਉਹਨਾਂ ਨਾਲ ਵੀ ਕਈਆਂ ਨਾਲ ਬਹੁਤ ਸਾਰਿਆਂ ਨਾਲ ਮੀਟਿੰਗ ਕੀਤੀ ਹੈ ਕਿ ਬਹੁਤ ਵਧੀਆ ਗੱਲ ਹੈ ਤੁਸੀਂ ਜੋ ਕਮੇਟੀਆਂ ਬਣਾ ਰਹੇ ਹੋ ਉਹਨੂੰ ਇੱਕ ਸਹੀ ਦਿਸ਼ਾ ਦੇ ਵਿੱਚ, ਤੁਸੀਂ ਅੱਜ ਕਮੇਟੀ ਬਣਾ ਦਿੱਤੀ ਉਹਨੂੰ ਦਿਸ਼ਾ ਦੇ ਵਿੱਚ ਸਹੀ ਦਿਸ਼ਾ ਦੇ ਵਿੱਚ ਚਲਾਉਣਾ ਵੀ ਇੱਕ ਵੱਡੀ ਮੈਂ ਮੰਨਦਾ ਵੀ ਜ਼ਿੰਮੇਵਾਰੀ ਹੁੰਦੀ ਹੈ। ਤਾਂ ਉਸੇ ਤਰ੍ਹਾਂ ਹਰ ਇੱਕ ਪਿੰਡ ਨੇ, ਕਈਆਂ ਪਿੰਡਾਂ ਨੇ ਕਮੇਟੀਆਂ ਬਣਾਈਆਂ ਤਾਂ ਉਹ ਇੱਕ ਪਿੰਡ ਨੂੰ ਸਹੀ ਰਾਹ 'ਤੇ ਲਿਆਉਣ ਲਈ ਆ, ਜੋ ਮੁੰਡੇ ਰਾਹ ਤੋਂ ਭਟਕ ਗਏ ਆ ਉਹਨਾਂ ਨੂੰ ਸਹੀ ਰਾਹ 'ਤੇ ਲਿਆਉਣ ਲਈ ਆ, ਜਿਹੜੇ ਨਸ਼ਾ ਕਰਦੇ ਆ ਉਹਨਾਂ 'ਤੇ ਐਕਸ਼ਨ ਕਰਨ ਲਈ ਇਹ ਇਹਨਾਂ ਬਣਾਈਆਂ ਗਈਆਂ, ਜਿਹਨਾਂ ਦਾ ਅਸੀਂ ਪੂਰਾ ਸਹਿਯੋਗ ਕਰਾਂਗੇ। ਜਿਵੇਂ ਤੁਸੀਂ ਪਿੰਡਾਂ ਦੇ ਵਿੱਚ ਮੀਟਿੰਗਾਂ ਵੀ ਕਰਕੇ ਆ ਜਿਹੜੀਆਂ ਕਮੇਟੀਆਂ ਨੇੜੇ ਨੇੜੇ ਪਿੰਡਾਂ 'ਚ ਘੋਲੀਆ ਹੋਇਆ ਲੰਘਿਆਣਾ ਹੋਇਆ ਹੋਰ ਵੀ ਪਿੰਡਾਂ ਦੇ ਵਿੱਚ ਜਿਹੜੀਆਂ ਲਗਾਤਾਰ ਬਣ ਰਹੀਆਂ, ਜਿਵੇਂ ਆਪਾਂ ਪਿਛਲੀ ਗੱਲ ਕਰੀਏ ਭਗਤੇ ਦੀ, ਭਗਤੇ ਦੇ ਵਿੱਚ ਅਸਾਂ ਕਮੇਟੀ ਬਣਾਈ ਆ ਬੜੀ ਕਾਮਯਾਬ ਕਹਿ ਸਕਦੇ ਹਾਂ, ਲੋਕ ਵੀ ਉਹਨੂੰ ਇਸ ਟਾਈਮ ਬੜੇ ਉਤਸ਼ਾਹ ਦੇ ਨਾਲ ਦੇਖ ਵੀ ਰਹੇ ਆ ਅਤੇ ਉਹ ਐਪਰੀਸ਼ੀਏਟ ਵੀ ਕਰ ਰਹੇ ਆ ਵੀ ਉਹਨਾਂ ਵੱਲੋਂ ਸਾਰੇ ਰਸਤੇ ਰੋਕ ਕੇ ਲੇਡੀਜ਼ ਵੀ ਨਾਲ ਉਹਨਾਂ ਨੇ ਰੱਖ ਲਈਆਂ ਹੈਗੀਆਂ ਵੀ ਜੇਕਰ ਕੋਈ ਲੇਡੀਜ਼ ਵੀ ਆਉਂਦੀਆਂ ਹੈਗੀਆਂ ਤਾਂ ਉਹਨਾਂ ਦੀ ਵੀ ਤਲਾਸ਼ੀ ਲਈ ਜਾਵੇ, ਹੈ ਨਾ।
ਅਤੇ ਜਿਹੜੀ ਇੱਥੋਂ ਦੀਆਂ ਕਮੇਟੀਆਂ ਹੈਗੀਆਂ ਇਹਨਾਂ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਹੈਗੀ ਆ, ਅਤੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਰਾਏ ਤੁਸੀਂ ਆਪਣੇ ਲੈਵਲ 'ਤੇ ਦਿੱਤੀ ਹੈ? ਦੇਖੋ ਮੈਂ ਉਹਨਾਂ ਨੂੰ ਰਾਏ ਦਿਆਂਗਾ ਕਿ ਕੋਈ ਵੀ ਚਾਹੇ ਸੰਸਥਾ ਹੈ ਚਾਹੇ ਕੋਈ ਲਹਿਰ ਆ ਤਾਂ ਉਹਦਾ ਇੱਕ ਪ੍ਰੋਪਰ ਉਹਦੇ ਵਿੱਚ ਡਿਸਿਪਲਿਨ ਹੋਣਾ ਚਾਹੀਦਾ, ਉਹਦੇ ਕੁਛ ਰੂਲ ਹੋਣੇ ਚਾਹੀਦੇ ਆ, ਉਹਦੇ ਵਿੱਚ ਜੋ ਉਹਦਾ ਮੋਢੀ ਹੈ ਬਾਕੀ ਉਹਦੀ ਗੱਲ ਮੰਨਣ। ਤਾਂ ਮੈਂ ਇਹ ਕਮੇਟੀਆਂ ਨੂੰ ਇਹੀ ਜਿਹੜੀ ਪਿੰਡਾਂ ਦੇ ਵਿੱਚ ਕਮੇਟੀਆਂ ਬਣੀਆਂ ਉਹਨਾਂ ਨੂੰ ਇਹੀ ਗੁਜ਼ਾਰਿਸ਼ ਕਰਾਂਗਾ, ਸਲਾਹ ਵੀ ਦਿਆਂਗਾ ਕਿ ਜੋ ਕਮੇਟੀ ਹੈ ਉਹ ਕੰਮ ਆਪਦਾ ਪ੍ਰੋਪਰਲੀ ਕਰਨ, ਦੇਖਣ, ਆਈਡੈਂਟੀਫਾਈ ਕਰਨ ਜਿੱਥੇ ਪਿੰਡ ਦੇ ਵਿੱਚ ਕੋਈ ਪ੍ਰੋਬਲਮ ਹੈ ਉਹ ਸਾਨੂੰ ਸੂਚਿਤ ਕਰਨ। ਮੈਂ ਇਹ ਚੀਜ਼ ਕਲੀਅਰ ਕਰਨਾ ਚਾਹੁੰਦਾ ਵੀ ਕਮੇਟੀਆਂ ਦਾ ਕੰਮ ਅਤੇ ਪੁਲਿਸ ਦਾ ਕੰਮ ਦੇ ਵਿੱਚ ਡਿਫਰੈਂਸ਼ੀਏਟ ਹੋਣਾ ਚਾਹੀਦਾ। ਮਤਲਬ ਕਿ ਇਹ ਨਹੀਂ ਮੈਂ ਉਹਨਾਂ ਨੂੰ ਕਹਾਂਗਾ ਤੁਸੀਂ ਜਾ ਕੇ ਕਿਸੇ ਘਰ ਰੇਡ ਕਰ ਦਿਉ ਜਾਂ ਤੁਸੀਂ ਉੱਥੇ ਜਾ ਕੇ ਕਿਸੇ ਲੇਡੀ ਦੀ ਸਰਚ ਕਰੋ, ਮੈਂ ਬਿਲਕੁਲ ਨਹੀਂ ਕਹਾਂਗਾ। ਜੇ ਕੋਈ ਮਾੜਾ ਬੰਦਾ ਹੈ, ਮਾੜਾ ਅੰਸ਼ਰ ਹੈ ਤੁਹਾਡੇ ਪਿੰਡ ਦੇ ਵਿੱਚ, ਤੁਹਾਨੂੰ ਪਤਾ ਵੀ ਫਲਾਣਾ ਬੰਦਾ ਨਸ਼ਾ ਵੇਚਦਾ ਜਾਂ ਸਾਡੇ ਬੱਚਿਆਂ ਨੂੰ ਖਰਾਬ ਕਰ ਰਿਹਾ, ਉਹ ਤੁਸੀਂ ਉਹਦੇ ਜਿੰਨੀ ਇਨਫੋਰਮੇਸ਼ਨ ਕਲੈਕਟ ਕਰ ਸਕਦੇ ਹੋ, ਆਪਦਾ ਕਮੇਟੀ ਦਾ ਕੰਮ ਹੈ ਕਲੈਕਟ ਇਨਫੋਰਮੇਸ਼ਨ ਕਲੈਕਟ ਕਰੇ। ਅਤੇ ਮੈਨੂੰ ਪਰਸਨਲੀ ਸਾਡੇ ਇੱਕ, ਮੈਂ ਦੱਸਣਾ ਚਾਹਾਂਗਾ, ਮਾਨਯੋਗ SSP ਸਾਹਿਬ ਨੇ ਇੱਕ ਸਪੈਸ਼ਲੀ ਇੱਕ ਮੋਬਾਈਲ ਨੰਬਰ ਰੱਖਿਆ, ਹੈਲਪਲਾਈਨ ਰੱਖੀ ਹੈ ਜਿਹੜੀ ਕਿ ਸਿਰਫ ਡਰੱਗਸ ਨਾਲ ਰਿਲੇਟਡ ਸ਼ਿਕਾਇਤਾਂ ਨੋਟ ਕਰਦੀ ਹੈ, ਜਿਸ ਨੂੰ ਸਾਡੇ ਸਾਹਿਬ ਪਰਸਨਲੀ ਮੋਨੀਟਰ ਕਰ ਰਹੇ ਆ, ਚਾਹੇ ਉੱਥੇ ਉਹ ਸਾਂਝੀ ਕਰ ਸਕਦੇ ਅਤੇ ਜਾਂ ਮੇਰਾ ਜਿਹੜਾ ਪਰਸਨਲ ਨੰਬਰ ਹੈ ਉਹਦੇ 'ਤੇ ਉਹ ਇਨਫੋਰਮੇਸ਼ਨ ਸਾਂਝੀ ਕਰ ਸਕਦੇ। ਉਹ ਇਨਫੋਰਮੇਸ਼ਨ ਦੇ ਉੱਪਰ ਅਸੀਂ ਵਰਕਆਊਟ ਕਰਾਂਗੇ, ਡਿਵੈਲਪ ਕਰਾਂਗੇ, ਉਹ ਬੰਦੇ 'ਤੇ ਵੈਰੀਫਾਈ ਹੁੰਦਾ ਵੀ ਵਾਕਿਆ ਹੀ ਬੰਦਾ ਗਲਤ ਹੈ, ਨਾਲ ਦੀ ਨਾਲ ਅਸੀਂ ਜੋ ਬਣਦੀ ਕਾਰਵਾਈ ਹੈ ਉਹਦੇ 'ਤੇ ਐਕਸ਼ਨ 'ਚ ਲਿਆਵਾਂਗੇ। ਬਟ ਉਹੀ ਹੈ, ਫਿਰ ਮੈਂ ਕਹਿੰਦਾ ਵੀ ਕਮੇਟੀ ਬਣਾਉਣਾ ਬਹੁਤ ਵਧੀਆ ਗੱਲ ਹੈ, ਕਮੇਟੀ ਕਿਸੇ ਦੇ ਪਰਸਨਲ ਸਵਾਰਥ ਤੋਂ ਉੱਪਰ ਉੱਠ ਕੇ ਹੋਣੀ ਚਾਹੀਦੀ ਹੈ, ਦਿਲੋਂ ਚਾਹੁਣ ਵੀ ਸਾਡਾ ਪਿੰਡ ਸਹੀ ਰਾਹ 'ਤੇ ਹੋ ਜਾਵੇ। ਕਿਉਂਕਿ ਦੇਖੋ ਅੱਜ ਜੇ ਕੋਈ ਨਸ਼ੇ 'ਤੇ ਲੱਗਿਆ ਹੋਇਆ ਉਹ ਦੇਖਣਾ ਪੈਣਾ ਉਹਨੂੰ ਆਪਾਂ ਕਿਵੇਂ ਕਰੈਕਟ ਕਰਨਾ, ਵੀ ਉਹ ਪੀੜਿਤ ਆ ਤਾਂ ਉਹਨੂੰ ਆਪਾਂ ਜੇ ਪਿੰਡ ਵਾਲੇ ਚਾਹੁਣ ਉਹਦਾ ਇਲਾਜ ਵੀ ਕਰਾ ਸਕਦੇ ਹਾਂ ਜੋ ਕੋਈ ਸੁਧਰਨਾ ਚਾਹੁੰਦਾ। ਜੇ ਕੋਈ ਪਿੰਡ ਨੂੰ ਮਾੜਾ ਕਰ ਰਿਹਾ ਬਿਲਕੁਲ ਉਹਨੂੰ ਉਹਦੇ 'ਤੇ ਬਿਲਕੁਲ ਕੋਈ ਲਾਈਟ ਬਿਹੇਵੀਅਰ ਸਾਡਾ ਨਹੀਂ ਹੋਊਗਾ, ਅਸੀਂ ਪੂਰੀ ਪੁਰਜ਼ੋਰ ਕਾਰਵਾਈ ਕਰਾਂਗੇ। ਜੀ ਸਰ, ਜੇ ਤੁਸੀਂ ਦੂਸਰੀ ਗੱਲ ਕੀਤੀ ਜਿਹੜੀ ਨਸ਼ੇ ਨੂੰ ਲੈ ਕੇ ਆਪਾਂ ਜਿਹੜੀ ਗੱਲਬਾਤ ਕੀਤੀ ਆ, ਉਹਦੇ ਵਿੱਚ ਆਪਾਂ ਵੇਖਿਆ ਵੀ ਜਿਹੜੇ ਆਲਰੇਡੀ ਨਸ਼ਾ ਕਰਨ ਲੱਗ ਪਏ, ਉਹਨੇ ਸ਼ੁਰੂ ਕਰ ਦਿੱਤਾ ਨਸ਼ਾ ਕਰਦੇ, ਨਸ਼ੇ ਦੇ ਆਦੀ ਹੋ ਚੁੱਕੇ ਆ, ਉਹਨਾਂ ਨੂੰ ਤਾਂ ਕੋਈ ਨਾ ਕੋਈ ਰਸਤਾ ਜਿਹੜਾ ਅਪਣਾਉਣਾ ਹੀ ਆ ਨਸ਼ਾ ਲੈ ਕੇ ਆਉਣ ਦਾ, ਅਤੇ ਜਾਂ ਜਿਹੜਾ ਨਸ਼ਾ ਜਿਹੜੀ ਨਵੀਂ ਜੰਗ ਪੀੜ੍ਹੀ ਸ਼ੁਰੂ ਹੋ ਚੁੱਕੀ ਆ ਇਸ ਟਾਈਮ ਨਸ਼ਾ ਉਹਨਾਂ ਨੇ ਲੈਣਾ ਸਟਾਰਟ ਕਰ ਦਿੱਤਾ, ਉਹਦੇ ਵਾਸਤੇ ਪੰਜਾਬ ਪੁਲਿਸ ਕੀ ਕਦਮ ਚੱਕ ਰਹੀ ਹੈ ਜਾਂ ਥਾਣਾ ਮੁਖੀ ਕੀ ਕਦਮ ਚੱਕ ਰਹੇ? ਦੇਖੋ ਥਾਣੇ ਲੈਵਲ 'ਤੇ ਜੇ ਦੇਖਿਆ ਜਾਵੇ ਸਾਡੇ ਡੇਲੀ ਬੇਸਿਸ 'ਤੇ ਅਵੇਅਰਨੈਸ ਕੈਂਪ ਵੀ ਔਰਗਨਾਈਜ਼ ਕੀਤੇ ਜਾਂਦੇ ਆ ਜੀ। ਈਵਨ ਕਿ ਅਸੀਂ ਤਾਂ ਪੇਰੈਂਟਸ ਦੀ ਵੀ ਕਾਉਂਸਲਿੰਗ ਕਰਦੇ ਹਾਂ ਵੀ ਕਿਵੇਂ ਬੱਚਿਆਂ ਨਾਲ ਤਾਲਮੇਲ ਰੱਖਣਾ, ਕਿਵੇਂ ਬਿਹੇਵੀਅਰ ਰੱਖਣਾ ਜੀ ਬੱਚਿਆਂ ਦੀ। ਦੇਖੋ ਸਭ ਤੋਂ ਪਹਿਲੀ ਜ਼ਿੰਮੇਵਾਰੀ ਪੇਰੈਂਟਸ ਦੀ ਹੈ, ਬੱਚਿਆਂ ਬਾਰੇ ਸਭ ਤੋਂ ਵੱਧ ਪੇਰੈਂਟਸ ਨੂੰ ਪਤਾ ਹੋਣਾ ਚਾਹੀਦਾ ਜੀ, ਜੋ ਕਿ ਅੱਜ ਦੇ ਟਾਈਮ 'ਚ ਮੈਂ ਸਮਝਦਾ ਕਿ ਇੱਕ ਗੈਪ ਪੈਂਦਾ ਜਾ ਰਿਹਾ ਪੇਰੈਂਟਸ ਅਤੇ ਬੱਚਿਆਂ ਦੇ ਵਿੱਚ ਜੀ। ਪੇਰੈਂਟਸ ਨੂੰ ਹਰ ਇੱਕ ਚੀਜ਼ ਪਤਾ ਹੋਣੀ ਚਾਹੀਦੀ ਬੱਚਿਆਂ ਦੀ, ਜ਼ਰੂਰੀ ਹੈ ਜੀ। ਤੁਸੀਂ ਜਿੱਥੇ ਆਪਾਂ ਉਹਨੂੰ ਦਬਕਣਾ ਠੀਕ ਹੈ, ਉਹ ਵੀ ਇੱਕ ਜ਼ਰੂਰੀ ਹੈ, ਬਟ ਜਿਹੜਾ ਆਪਣਾ ਇੱਕ ਦੂਸਰੇ ਨਾਲ ਦੋਸਤੀ ਵਾਲਾ ਰਵੱਈਆ ਉਹ ਵੀ ਹੋਣਾ ਬਹੁਤ ਜ਼ਰੂਰੀ ਹੈ, ਤਾਂ ਕਿ ਬੱਚਾ ਤੁਹਾਡੇ ਨਾਲ ਕੋਈ ਵੀ ਗੱਲ ਸਾਂਝੀ ਕਰਨ ਤੋਂ ਝਿਜਕੇ ਨਾ, ਤੁਹਾਨੂੰ ਗੱਲ ਦੱਸ ਦੇਵੇ ਵੀ ਆਹ ਗੱਲ। ਹੁਣ ਜਦੋਂ ਬੱਚਾ ਆਪਣਾ, ਚਾਹੇ ਬੱਚਾ ਇਹ ਨਾ ਸੋਚੋ ਵੀ ਅੱਜ ਬੱਚਾ ਮੇਰਾ ਯਾਰ ਤੀਜੀ 'ਚ ਹੈ, ਚੌਥੀ 'ਚ ਹੈ, ਪੰਜਵੀਂ 'ਚ ਹੈ, ਛੋਟਾ ਹੈ, ਇਹਨੂੰ ਕਿਹੜੀ ਕੋਈ ਪ੍ਰੋਬਲਮ ਯਾਰ, ਨਸ਼ਾ ਤਾਂ ਫਲਾਣਾ ਕਰਦਾ, ਨਸ਼ਾ ਤਾਂ ਫਲਾਣਾ ਕਰਦਾ ਜੀ। ਦੇਖੋ ਅੱਜ ਤੋਂ ਹੀ ਉਹ ਰਵੱਈਆ ਸ਼ੁਰੂ ਕਰਨਾ ਪੈਣਾ, ਜ਼ਰੂਰੀ ਨਹੀਂ ਹੈ ਸਿਰਫ ਨਸ਼ੇ ਦੇ ਵੱਲ ਜੀ, ਤੁਸੀਂ ਬੱਚੇ ਨਾਲ ਰਵੱਈਆ ਚੇਂਜ ਕਰੋ। ਬੱਚਾ ਸਕੂਲ 'ਚੋਂ ਆਇਆ ਉਹਦੇ ਨਾਲ 5 ਮਿੰਟ ਘੱਟੋ ਘੱਟ ਲਾਓ ਜੀ, ਵੀ ਪੁੱਤ ਅੱਜ ਤੇਰਾ ਦਿਨ ਕਿਵੇਂ ਰਿਹਾ ਜੀ, ਤੇਰਾ ਟੀਚਰ ਕਿਹੜਾ ਸੀ, ਕੀ ਨਾਮ ਹੈ ਤੇਰੇ ਟੀਚਰ ਦਾ ਜੀ, ਅੱਛਾ ਤੈਨੂੰ ਉੱਥੇ ਗੇਮਾਂ ਵਾਲਾ ਟੀਚਰ ਕਿਹੜਾ ਤੇਰਾ ਜੀ, ਕੀ ਕਰਾਉਂਦੇ ਆ ਗੇਮਾਂ 'ਚ, ਕੀ ਖਿਡਾਉਂਦੇ ਆ, ਉਹਨੂੰ ਪੁੱਛੇ, ਥੋੜ੍ਹਾ ਜਿਹਾ ਇੰਟਰਸਟ ਲਵੇ ਉਹਦੇ ਨਾਲ ਜੀ। ਜਦੋਂ ਉਹ ਇੰਟਰਸਟ ਲਊਗਾ ਉਹਦਾ ਜਿਹੜਾ ਬੱਚਾ ਉਹ ਬੜਾ ਵਧੀਆ ਫੀਲ ਕਰੂਗਾ ਅੰਦਰੋਂ, ਉਹ ਅੱਜ ਚੀਜ਼ ਨਹੀਂ ਸਮਝ ਆਊਗੀ, ਉਹ ਜਦੋਂ ਤੁਸੀਂ ਰਵੱਈਆ ਬਣਾ ਲਓਗੇ ਆਪਦੇ ਡੇਲੀ ਲਾਈਫ ਦੇ ਵਿੱਚ ਉਹਨੂੰ ਲਿਆਓਗੇ, ਉਹ ਹੌਲੀ ਹੌਲੀ ਸਾਲ 2 ਸਾਲ 4 ਸਾਲ ਉਹ ਬੱਚਾ ਸਿਰਫ ਤੁਹਾਡੇ ਨਾਲ ਹੀ ਸ਼ੇਅਰ ਕਰੂਗਾ ਹਰ ਗੱਲ ਜੀ। ਜੇ ਕੋਈ ਮਾੜਾ ਵਿਅਕਤੀ ਉਹਨੂੰ ਮਿਲਦਾ, ਮਾੜਾ ਵਿਅਕਤੀ ਜੇ ਕੁਛ ਕਹਿੰਦਾ ਤਾਂ ਉਹ ਵੀ ਗੱਲ ਵਾ ਕੇ ਆਪਦੇ ਡੇਲੀ ਘਰ 'ਚ ਦੱਸੂਗਾ, ਕਿਉਂਕਿ ਉਹਦਾ ਪੇਰੈਂਟਸ ਡੇਲੀ ਉਹਨੂੰ ਪੁੱਛਦੇ ਆ, ਕੰਫਰਟੇਬਲ ਫੀਲ ਕਰਦੇ ਆ। ਰੈਦਰ ਦੈਨ ਕੋਈ ਬੱਚਾ ਆਪਾਂ ਨੂੰ ਗੱਲ ਆ ਕੇ ਦੱਸ ਰਿਹਾ, ਆਪਾਂ ਨੂੰ ਗਲਤ ਗੱਲ ਲੱਗੀ, ਆਪਾਂ ਨਾਲ ਹੀ ਉਹਦੇ ਚਾਰ ਚਪੇੜਾਂ ਲਾਤੀ ਆ, ਉਹਦਾ ਕੀ ਹੱਲ ਹੋਊਗਾ? ਉਹਦਾ ਹੱਲ ਛੱਡੋ, ਉਹਦਾ ਨੁਕਸਾਨ ਕੀ ਹੋਊਗਾ, ਬੱਚੇ 'ਤੇ ਇੰਪੈਕਟ ਕੀ ਪਊਗਾ, ਆਪਾਂ ਨਹੀਂ ਸੋਚਦੇ। ਆਪਾਂ ਸ਼ਾਰਟ ਟਰਮ ਸੋਚਦੇ ਹਾਂ ਵੀ ਚੱਲ ਯਾਰ ਘੂਰਤਾ, ਚਾਰ ਚਪੇੜਾਂ ਲਾਤੀ ਆ, ਕੰਮ ਹੋ ਗਿਆ। ਨਹੀਂ, ਤੁਸੀਂ ਅੱਜ ਉਹਨੂੰ ਦਬਾ ਤਾ, ਕੱਲ੍ਹ ਨੂੰ ਜੇ ਕੋਈ ਵੀ ਦਿਮਾਗ 'ਚ ਉਹਦੇ ਗੱਲ ਆਉਂਦੀ ਹੈ ਉਹ ਤੁਹਾਨੂੰ ਨਹੀਂ ਦੱਸੂਗਾ, ਅਤੇ ਜੇ ਉਹ ਗੱਲ ਉਸਨੇ ਕਿਸੇ ਹੋਰ ਆਪਦੇ ਮਿੱਤਰ ਜਾਂ ਕਿਸੇ ਹੋਰ ਗਲਤ ਬੰਦੇ ਨੂੰ ਦੱਸਤੀ, ਹੋ ਸਕਦਾ ਉਹ ਗਲਤ ਰਾਹ 'ਤੇ ਪੈ ਜਾਵੇ।
तो मेरी यही सारे पेरेंट्स नू यही मेरी अर्ज आ कि आपके बच्चे बारे तुहानू पता होना चाहिए, वो थोड़ा रवैया लाइट भी रखो, एक दोस्ती वाला पन भी लैके आओ, बहुत जरूरी है। मतलब छोटी क्लास तो कह सकते भी ध्यान देना शुरू करना चाहिए भी उन्होंने दोस्ती का रवैया बना के, जरूरी नहीं भी कुटना मारना ही है, भी जो प्यार ना पुछता तो वो बच्चा मतलब ज्यादा क्लोज होगा, है ना। बिल्कुल जी, देखो ये बेनीफिट्स ये नहीं सिर्फ मैं कह रहा भी नशे वाल नहीं जाऊगा बच्चा, ये बेनीफिट्स बहुत सारे बेनीफिट्स ने। बच्चे का एक्सप्रैसिव लैवल बढ़ूगा, वह एक्सप्रैस करने की शक्ति बढ़ूगी, वो दसूगा चीज़ों कोरलेट करना शुरू कर दूगा। तो यह बहुत जरूरी है, अज के टाइम की लौड़ आ। जे तुसी आपदे बच्चे नूं आपां देखदे हां मेरा बच्चा जज बनूगा, मेरा बच्चा अफसर बनूगा, बट आपां नूं ये भी सोचना चाहिए, सिर्फ इतों तक ना सीमित रहिए कि मैं तो तेरी यार फीस भरती पढ़ना तो तू हाँ, इतों तक सीमित ना रहिए। अपना टाइम 5 मिनट 10 मिनट सिर्फ मैं कह रहा अपने दिन दे जरूर दियो। ईवन कि मैं कुछ पेरेंट्स का कई बार मैं पिंडा च गया, मैं ये भी देखा, मैं कई बार वैसे ही पूछ लेना भी हाँ तेरे किन्ने बेटे हैं, वो कहता जी मेरे एक बेटा है जी एक बेटी है जी। अच्छा बेटा कि क्लास पढ़ता, जो नाल ही चुप कर जाता, एक मिनट जी मैं पुछ के दसदा, मतलब हैरानी होंगी है कि अपने बच्चों का यह नहीं पता भी कि क्लास पढ़ रहा, तो आप बच्चे किमें जानते होवे, आप किमें कह सकते हैं भी प्रॉब्लम सिर्फ दूजियां दी है, आप सिस्टम का पार्ट आ, हरेक नूं आपदी सोशल रिस्पोंसिबिलिटी समझनी पैनी है, तो उहदे बेनीफिट्स बहुत। सर जो दूसरे सवाल की गल करिए, आप दूसरा सवाल यह है भी जिहड़े आम लोग आ जिहड़े खास लोग तो थाने आ जाते हैं, तुसीं एक थोड़े एक ही चीज़ ब्याज की है पत्रकारी तौर के उत्ते भी तुसीं छोटे तो लैके वड्डा मसला आप जाके हैंडल करते हैं, चाहे कोई भी गल होंदी है, चाहे छोटे लैवल दी होंदी वड्डे लैवल दी होंदी आ, तो अक्सर वेख्या जाता भी अमनदीप सिंह कंबोज आप खुद हाजिर होंदे उस जगह के उत्ते, आम लोग ताडे तक किवें पहुँच कर बिना हचकाट तो, आम लोगों हचकाट होंगी भी यार असीं पंजाब पुलिस नूं जाके SHO नूं गल किवें करिए, तो SHO तक किवें पहुँचा। देखो जी असी माणयोग SSP साहब ने मान लो मैनूं बागे पुराणे की जिम्मेवारी दी है, बागा पुराणा थाना लॉ एंड ऑर्डर मेनटेन करने की जिम्मेवारी दी है, तो ये लोगों लई लोगों वास्ते है थाना जी, ये कोई किसी खास बंदे या किसी आम बंदे की गल ही नहीं है। बिल्कुल, देखो थाने दुखी बंदे नहीं आना, बिल्कुल दुखी बंदे का दुख असी समझा भी नहीं तो कौन समझूगा, तो वो जरूरी है। इनफैक्ट जिहड़ा बंदा तुसी जिवें कह रहे हो खास तो माड़ा, जे माड़े की गल करिए माड़े नूं वध सारे की लोड़ है, तो वो ऑन द स्पॉट इत्थे मैं सब नूं कहांगा कि इत्थे कोई किसी खास का या किसी माड़े का थाना नहीं है, सारिया का सांझा थाना, सारे की मुश्किलें हल करना साडी जिम्मेवारी। ਐਸਪਰ ਸਾਹਿਬ ਚਲੋ ਗੱਲ ਉਹ ਪਹਿਲਾਂ ਉਹਨਾਂ ਨੇ ਇਹ ਤੋਰ ਲਈ, ਬਾਅਦ ਦਾ ਸਵਾਲ ਸੀ, ਪਰ ਮੇਰਾ ਸਵਾਲ ਉਹਦੇ ਨਾਲ ਜੁੜਿਆ ਜਿਹੜੇ ਬੱਚਿਆਂ ਦੀ ਆਪਾਂ ਗੱਲ ਕਰਦੇ ਸੀਗੇ, ਗਰੀਬ ਪਰਿਵਾਰਾਂ ਦੇ ਵਿੱਚ ਅੱਗੇ ਪਹਿਲਾਂ ਬੱਚੇ ਘੱਟ ਪੜ੍ਹਦੇ ਹੁੰਦੇ ਸੀਗੇ, ਅਤੇ ਹੁਣ ਜਿਹੜਾ ਬੱਚਿਆਂ ਦੀ ਜਿਹੜੀ ਪੜ੍ਹਨ ਦਾ ਅੱਗੇ ਨਾਲੋਂ ਫਰਕ ਪਿਆ ਹੈਗਾ, ਸਾਰੇ ਬੱਚੇ ਹੁਣ ਸਕੂਲਾਂ 'ਚ ਕਾਲਜਾਂ 'ਚ ਆਉਣ ਲੱਗ ਪਏ, ਅਤੇ ਹੁਣ ਬਹੁਤ ਪਰਿਵਾਰਾਂ ਦੇ ਜਿਹੜੇ ਬੱਚੇ ਹੈਗੇ ਆ ਉਹ ਕਹਿੰਦੇ ਵੀ ਫੋਰਨ ਕੰਟਰੀਆਂ ਵੀ ਜਾਣੀਆਂ ਸ਼ੁਰੂ ਹੋ ਗਿਆ ਨਾ, ਫੋਰਨ ਕੰਟਰੀਆਂ ਵੀ ਜਾ ਰਹੇ ਆ, ਕੋਈ ਦੂਜੀ ਗੱਲ ਨਹੀਂ, ਪਰ ਕੁਛ ਬੱਚੇ ਇਹੋ ਜਿਹੇ ਵੀ ਹੈਗੇ ਆ ਜਿਹੜੇ ਆਉਂਦੇ ਤਾਂ ਹੈ ਸ਼ਹਿਰ ਆਉਂਦੇ ਆ ਜਾਂ ਕਾਲਜਾਂ ਜਾਂ ਸਕੂਲਾਂ ਜਾਂ ਆਈਲੈਟ ਸੈਂਟਰਾਂ 'ਚ ਆਉਂਦੇ ਹੈਗੇ ਆ, ਕਈ ਵਾਰ ਉਹ ਸੜਕਾਂ 'ਤੇ ਉਹਨਾਂ ਨੂੰ ਜ਼ਿਆਦਾ ਤੁਰਦੇ ਫਿਰਦੇ ਦੇਖਦੇ, ਉਹਨਾਂ ਨੂੰ ਕੀ ਸੁਨੇਹਾ ਦੇਵੋ ਤੁਸੀਂ? ਅਸੀਂ ਉਹਨਾਂ ਨੂੰ ਵੀ ਇਹੀ ਸੁਨੇਹਾ ਦੇਣਾ ਚਾਹਵਾਂਗੇ ਕਿ ਜੋ ਬੱਚੇ ਆ, ਪਹਿਲਾਂ ਤਾਂ ਫਿਰ ਉੱਥੇ ਉਹੀ ਗੱਲ ਆ ਗਈ ਕਿ ਪੇਰੈਂਟਸ ਦੀ ਮੋਨੀਟਰਿੰਗ ਬਹੁਤ ਜ਼ਰੂਰੀ ਹੈ, ਪੇਰੈਂਟਸ ਨੂੰ ਪਤਾ ਹੋਣਾ ਚਾਹੀਦਾ ਟਾਈਮ ਟੂ ਟਾਈਮ ਉਹ ਜਾ ਕੇ ਵਿਜ਼ਿਟ ਕਰਨ, ਜੇ ਮੰਨ ਲਓ ਚਾਹੇ ਸਕੂਲ ਹੈ ਚਾਹੇ ਆਇਲ ਸੈਂਟਰ ਹੈ ਚਾਹੇ ਕੋਈ ਕਾਲਜ ਹੈ ਕਿਤੇ ਵੀ, ਜ਼ਰੂਰੀ ਹੈ ਪੇਰੈਂਟਸ ਜ਼ਰੂਰ ਵਿਜ਼ਿਟ ਕਰਨ, ਹਫ਼ਤੇ ਬਾਅਦ ਜਾਣ, 10 ਦਿਨ ਬਾਅਦ ਜਾਣ, ਪੁੱਛਣ ਵੀ ਬੇਟਾ ਕਿਵੇਂ ਪਰਫੋਰਮ ਕਰ ਰਿਹਾ, ਤੁਸੀਂ ਕੀ ਕੀ ਫੈਸਿਲਿਟੀ ਦੇ ਰਹੇ ਹੋ, ਜਦੋਂ ਇੰਨੀ ਹੀ ਗੱਲ ਕਰ ਦੋਗੇ ਤਾਂ ਤੁਹਾਡੇ ਬੇਟੇ ਦੇ ਵਿੱਚ ਵੀ ਰਵੱਈਏ ਦੇ ਵਿੱਚ ਚੇਂਜ ਆ ਜਾਊਗਾ ਕਿ ਮੇਰੇ ਪੇਰੈਂਟਸ ਮੈਨੂੰ ਦੇਖ ਰਹੇ, ਮੋਨੀਟਰ ਕਰਨਾ ਬਹੁਤ ਜ਼ਰੂਰੀ ਹੈ। ਬਾਕੀ ਮੈਂ ਜਿਹੜਾ ਯੂਥ ਹੈ ਮੈਂ ਉਹਨੂੰ ਵੀ ਇਹੀ ਐਡਵਾਈਸ ਦਿਆਂਗਾ ਕਿ ਜੋ ਇਹ ਟਾਈਮ ਹੈ ਬੜਾ ਕ੍ਰੂਸ਼ਲ ਟਾਈਮ ਹੈ ਤੁਹਾਡਾ, ਤੁਸੀਂ ਇਹਦੀ ਟਾਈਮ ਦੀ ਅਹਿਮੀਅਤ ਨੂੰ ਸਮਝੋ, ਜਦੋਂ ਅੱਜ ਵਾਲੇ ਟਾਈਮ ਦੀ ਅਹਿਮੀਅਤ ਨੂੰ ਤੁਸੀਂ ਸਮਝ ਲਿਆ, ਕੱਲ੍ਹ ਵਾਲਾ ਟਾਈਮ ਤਾਂ ਤੁਹਾਨੂੰ ਬਹੁਤ ਕੁਛ ਬਹੁਤ ਫਰੂਟਫੁੱਲ ਬਹੁਤ ਕੁਛ ਦੇ ਸਕਦਾ, ਜਿਹਦੇ ਨਾਲ ਤੁਹਾਡਾ ਟਾਈਮ ਬਹੁਤ ਸੌਖਾ ਹੋ ਸਕਦਾ। ਅਤੇ ਮੈਂ ਇਹੀ ਉਹਨਾਂ ਨੂੰ ਐਡਵਾਈਸ ਕਰਾਂਗਾ ਕਿ ਇੱਧਰ ਉੱਧਰ ਘੁੰਮਣ ਨਾਲੋਂ, ਗੇੜੀਆਂ ਮਾਰਨ ਨਾਲੋਂ ਚੰਗਾ ਤੁਸੀਂ ਉੱਥੇ ਬੈਠ ਕੇ ਜਿਹੜਾ ਕੰਮ ਕਰ ਰਹੇ ਹੋ ਉਹ ਕੰਮ ਕਰੋ, ਰੈਦਰ ਦੈਨ ਉਹ ਕੰਮ ਨੂੰ ਲਟਕਾ ਕੇ ਸਾਲ 'ਚ ਲੈ ਕੇ ਜਾਣਾ, ਉਹਨੂੰ 2 ਮਹੀਨੇ 'ਚ ਨਿਬੇੜ ਦਿਉ, ਉਸ ਤੋਂ ਬਾਅਦ ਜੋ ਤੁਹਾਡਾ ਉਹਦਾ ਸਕਸੈਸ ਰੇਟ ਨਿਕਲੂਗਾ ਉਹਨੂੰ ਇੰਜੋਏ ਕਰੋ। ਐਸਪਰ ਸਾਹਿਬ ਜਿਵੇਂ ਚਲੋ ਬੱਚਿਆਂ ਦੇ ਪੇਰੈਂਟਸ ਨੂੰ ਤਾਂ ਆਪਾਂ ਕਹਿ ਹੀ ਰਹੇ ਹਾਂ ਵੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਵੀ ਹੈ, ਕੋਈ ਦੂਜੀ ਗੱਲ ਨਹੀਂ, ਹੈ ਨਾ। ਜੇ ਪੇਰੈਂਟਸ ਬੱਚੇ ਨੂੰ ਪੁੱਛਦੇ ਆ ਵੀ ਤੂੰ ਕਿੰਨੇ ਵਜੇ ਕਿਹੜੀ ਕਲਾਸ ਤੇਰੀ ਚੱਲਦੀ ਹੈਗੀ ਅਤੇ ਕਿੰਨੇ ਵਜੇ ਤੂੰ ਵਿਹਲਾ ਨਾ, ਜਿਵੇਂ ਆਈਲੈਟਸ ਸੈਂਟਰਾਂ ਦੀ ਗੱਲ ਕਰ ਲਈਏ, 9 ਵਜੇ ਆਉਂਦੇ ਆ ਅਤੇ 2 ਵਜੇ ਤੱਕ ਕਲਾਸਾਂ ਚੱਲਦੀਆਂ ਰਹਿੰਦੀਆਂ, ਅਤੇ ਕਈ ਵਾਰ ਇਹ ਆਉਂਦੇ ਵੀ ਕਈ ਬੱਚੇ ਤਾਂ ਕਲਾਸਾਂ ਲਾਉਣ ਹੀ ਨਹੀਂ ਜਾਂਦੇ ਗੇ,
ਅਤੇ ਸੈਂਟਰ ਜ਼ਿਆਦਾਤਰ ਲੋਕ ਇਹ ਕਹਿੰਦੇ ਵੀ ਸੈਂਟਰ ਵਾਲੇ ਤਾਂ ਇਹ ਕਹਿੰਦੇ ਆ ਵੀ ਕੋਈ ਗੱਲ ਨਹੀਂ ਫੀਸ ਭਰੀ ਸਾਡੇ ਕੋਲ ਬੱਚਾ ਪੜ੍ਹਨਾ ਪੜ੍ਹੇ ਨਹੀਂ ਬਣਿਆ ਸਾਨੂੰ ਕੋਈ ਚੱਕਰ ਨਹੀਂ ਅਤੇ ਕਈ ਵਾਰ ਹੁੰਦਾ ਵੀ ਕਿਉਂਕਿ ਪ੍ਰਾਈਵੇਟ ਸਾਰੇ ਇਹ ਇੰਸਟੀਟਿਊਸ਼ਨ ਹੈਗੇ ਸਾਰੇ ਹੈ ਨਾ ਇਹਨਾਂ ਲੋਕਾਂ ਨੂੰ ਤੁਸੀਂ ਕੀ ਸੁਨੇਹਾ ਦਿਓਗੇ ਵੀ ਜਿਹੜੇ ਬੱਚਿਆਂ ਨੂੰ ਉਹ ਵੀ ਕਿਤੇ ਨਾ ਕਿਤੇ ਜਾ ਕੇ ਕੰਟਰੋਲ ਕਰਨ ਦੇ ਵਿੱਚ ਸਹਾਈ ਹੋਣ ਇਹਨਾਂ ਨੂੰ ਸੁਨੇਹਾ ਇਹੀ ਦਿਆਂਗੇ ਜੀ ਕਿ ਕੁਆਲਿਟੀ 'ਤੇ ਜ਼ਿਆਦਾ ਫੋਕਸ ਕਰਨ ਰੈਦਰ ਦੈਨ ਕੁਆਂਟਿਟੀ ਤੋਂ ਜਦੋਂ ਕੁਆਲਿਟੀ ਦਿਓਗੇ ਤਾਂ ਆਟੋਮੈਟਿਕਲੀ ਬੱਚੇ ਪੜ੍ਹਨਗੇ ਵੀ ਅਤੇ ਆਪਦਾ ਉਹਦੇ ਵਿੱਚ ਧਿਆਨ ਵੀ ਦੇਣਗੇ ਬਾਕੀ ਥੋੜ੍ਹਾ ਆਪਦਾ ਪ੍ਰਾਈਵੇਟ ਜਿਹੜੇ ਇੰਸਟੀਟਿਊਟਸ ਨੇ ਉਹਨਾਂ ਦਾ ਕੁਛ ਆਪਦੀਆਂ ਵੀ ਔਰਗਨਾਈਜੇਸ਼ਨ ਦੇ ਰੂਲਸ ਹੁੰਦੇ ਨੇ ਬਟ ਚਲੋ ਸੁਜੈਸਟ ਕਰਾਂਗਾ ਕਿ ਜੇ ਕੋਈ ਬੱਚਾ ਨਹੀਂ ਆ ਰਿਹਾ ਤਾਂ ਉਹ ਵੀ ਪੇਰੈਂਟਸ ਨੂੰ ਜ਼ਰੂਰ ਰਿਮਾਈਂਡਰ ਦੇਣਗੇ ਤੁਹਾਡਾ ਬੱਚਾ ਇੰਨੇ ਦਿਨ ਤੋਂ ਨਹੀਂ ਆ ਰਿਹਾ ਇਹਦੇ ਨਾਲ ਹੋ ਸਕਦਾ ਵੀ ਇਹਦੇ ਨਾਲ ਕੁਛ ਫਰਕ ਪਵੇ ਜੀ ਸਰ ਅਗਲਾ ਸਵਾਲ ਆ ਜਿਹੜਾ ਮੈਂ ਗੱਲ ਕਰਦਾ ਵੀ ਜਿਵੇਂ ਤੁਸੀਂ ਦੱਸਿਆ ਵੀ ਜਿਹੜੇ ਬੱਚੇ ਨਹੀਂ ਆਉਂਦੇ ਉਹਨੇ ਪੇਰੈਂਟਸ ਨਾਲ ਗੱਲ ਕਰੇ ਅਤੇ ਦੇਖਿਆ ਜਾਵੇ ਅੱਡੇ ਬੱਸ ਸਟੈਂਡ ਦੇ ਵਿੱਚ ਬਾਘੇਪਣ ਦੀ ਗੱਲ ਕਰੀਏ ਤਾਂ ਪੁਲਿਸ ਜਿਹੜੀ ਰੂਟੀਨ ਚੈਕਿੰਗ ਹੁੰਦੀ ਆ ਉੱਥੇ ਮੁੰਡੇ ਬੈਠੇ ਹੁੰਦੇ ਆ ਅਤੇ ਜਦੋਂ ਪੁਲਿਸ ਆਉਂਦੀ ਹੈ ਮੁੰਡਿਆਂ 'ਤੇ ਤਾਂ ਕਾਰਵਾਈ ਹੋ ਜਾਂਦੀ ਆ ਅਤੇ ਆਮ ਲੋਕਾਂ ਦਾ ਕਹਿਣਾ ਕਹਿੰਦੇ ਕੁੜੀਆਂ ਬੈਠੀਆਂ ਹੁੰਦੀਆਂ ਪਰ ਕੁੜੀਆਂ ਨੂੰ ਪੁਲਿਸ ਨਹੀਂ ਪੁੱਛਦੀ ਵੀ ਤੁਸੀਂ ਕਾਹਤੋਂ ਬੈਠੀਆਂ ਇੱਥੇ ਅਤੇ ਜਿਹੜੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਕੁੜੀਆਂ ਵੀ ਆ ਜਿਹੜੀਆਂ ਬਹੁਤ ਬਹੁਤ ਟਾਈਮ ਜਿਹੜੀਆਂ ਬੱਸ ਸਟੈਂਡ 'ਚ ਬਿਨਾਂ ਕੰਮ ਤੋਂ ਬੈਠੀਆਂ ਰਹਿੰਦੀਆਂ ਦੇਖੋ ਕਿਸੇ ਦਾ ਬੱਸ ਸਟੈਂਡ 'ਤੇ ਬੈਠਣਾ ਕੀ ਪਰਪਸ ਹੈ ਉਹ ਅਸੀਂ ਦੇਖਦੇ ਹਾਂ ਜੇ ਕੋਈ ਸਾਨੂੰ ਲੱਗਦਾ ਕਿ ਕੋਈ ਗਲਤ ਪਰਪਸ ਨਾਲ ਬੈਠਿਆ ਜਾਂ ਕੋਈ ਗਲਤ ਐਕਟੀਵਿਟੀ ਕਰ ਰਿਹਾ ਉਹਦੇ 'ਤੇ ਉਸ ਮੁਤਾਬਕ ਅਸੀਂ ਕਾਰਵਾਈ ਜ਼ਰੂਰ ਕਰਦੇ ਹਾਂ ਜੀ ਐਸਪਰ ਸਾਹਿਬ ਇੱਕ ਨਾ ਟਰੈਫਿਕ ਦੀ ਸਮੱਸਿਆ ਨੂੰ ਵੀ ਲੋਕ ਲੈ ਕੇ ਕਾਫੀ ਕਿਉਂਕਿ ਟਰੈਫਿਕ ਕਾਫੀ ਲੱਗ ਜਾਂਦਾ ਹੈਗਾ ਕਿਉਂਕਿ ਚਲੋ ਬੰਦੇ ਉੱਥੇ ਹੈਗੇ ਤਾਂ ਹੈ ਉਹ ਕੋਸ਼ਿਸ਼ ਕਰਦੇ ਆ ਪਰ ਕਈ ਵਾਰ ਇਹ ਹੁੰਦਾ ਵੀ ਜਿਹੜੀਆਂ ਆਮ ਲੋਕ ਜਦੋਂ ਕੋਈ ਉਹਨਾਂ ਨੇ ਸ਼ੋਪਿੰਗ ਵਗੈਰਾ ਕਰਨੀ ਹੁੰਦੀ ਗੱਡੀਆਂ ਰਸਤੇ ਵਿੱਚ ਖੜ ਜਾਂਦੀਆਂ ਉਹਨਾਂ ਲੋਕਾਂ ਨੂੰ ਕਿਸ ਨੇ ਲਿਆਉਂਗੇ ਦੇਖੋ ਜੀ ਟਰੈਫਿਕ ਦੀ ਸਮੱਸਿਆ ਜ਼ਰੂਰ ਹੈ ਇੱਥੇ ਉਹਨੂੰ ਹੱਲ ਵੀ ਕਰ ਰਹੇ ਹਾਂ ਬਹੁਤ ਸਾਰੇ ਸਾਡੇ ਟਰੈਫਿਕ ਮੁਲਾਜ਼ਮ ਨੇ ਦਿਨ ਰਾਤ ਬਹੁਤ ਵਧੀਆ ਡਿਊਟੀ ਕਰ ਰਹੇ ਨੇ ਮੈਂ ਫਿਰ ਉਹੀ ਗੱਲ ਕਰਦਾ ਵੀ ਕਿਤੇ ਨਾ ਕਿਤੇ ਆਪਾਂ ਨੂੰ ਖੁਦ ਨੂੰ ਦੇਖਣਾ ਚਾਹੀਦਾ ਹੁਣ ਮੈਂ ਤੁਹਾਡੇ ਟ੍ਰੈਫਿਕ ਦੇ ਨਾਲ ਇੱਕ ਹੋਰ ਪੁਆਇੰਟ ਐਡ ਕਰਨਾ ਚਾਹੁੰਦਾ ਕਿ ਜੋ ਪ੍ਰੋਬਲਮ ਆਉਂਦੀ ਹੈ ਉਹ ਮੋਟਰਸਾਈਕਲਸ ਦੇ ਨੰਬਰ ਪਲੇਟਸ ਨਹੀਂ ਲੱਗੀਆਂ ਹੁੰਦੀਆਂ ਜਾਂ ਜਿਹੜੀਆਂ ਸਰਕਾਰ ਦੁਆਰਾ ਜੋ ਪ੍ਰੋਪਰ ਨੰਬਰ ਪਲੇਟਸ ਨੇ ਰਜਿਸਟਰਡ ਨੰਬਰ ਪਲੇਟਸ ਨੇ ਉਹ ਨਹੀਂ ਲੱਗੀਆਂ ਹੁੰਦੀਆਂ ਕਿਉਂ ਨਾ ਉੱਥੇ ਵੀ ਆਪਾਂ ਆਪੋ ਆਪਦੇ ਘਰ ਦੇ ਵਿੱਚ ਝਾਕ ਮਾਰੀਏ ਜੇ ਆਪਣੇ ਮੋਟਰਸਾਈਕਲ ਦੀ ਨੰਬਰ ਪਲੇਟ ਨਹੀਂ ਲੱਗੀ ਤੁਹਾਨੂੰ ਕੱਲ੍ਹ ਹਰ ਬੰਦਾ ਆਪਦੀ ਜ਼ਿੰਮੇਵਾਰੀ ਸਮਝ ਕੇ ਲਵਾ ਲਵੇ ਜੇ ਰਜਿਸਟਰਡ ਜਿਹੜੀ ਪ੍ਰੋਪਰ ਸਰਕਾਰੀ ਨੰਬਰ ਪਲੇਟ ਹੈ ਉਹ ਨਹੀਂ ਲੱਗੀ ਉਹਨੂੰ ਲਵਾ ਲਵੇ ਅੱਧੀ ਪਰੇਸ਼ਾਨੀ ਤਾਂ ਦੇਖੋ ਇੱਥੇ ਹੀ ਹੱਲ ਹੁੰਦੀ ਹੈ ਜਦੋਂ ਆਪਾਂ ਆਪਦੀਆਂ ਜਿਹੜਾ ਵਹੀਕਲ ਹੈ ਉਹਨੂੰ ਸਹੀ ਤਰੀਕੇ ਨਾਲ ਰੱਖੀਏ ਪੇਰੈਂਟਸ ਵੀ ਨੇ ਉਹਨਾਂ ਦੇ ਬੱਚੇ ਨੇ ਉਹਨਾਂ ਦੇ ਕੋਲ ਮੋਟਰਸਾਈਕਲ ਨੇ ਕਈਆਂ ਦੇਖਦੇ ਹਾਂ ਬਹੁਤ ਵੱਡੇ ਵੱਡੇ ਹਾਰਨ ਜਿਹੜੇ ਆਥੋਰਾਈਜ਼ਡ ਨਹੀਂ ਹੈਗੇ ਉਹ ਲਾਏ ਹੁੰਦੇ ਆ ਨੰਬਰ ਪਲੇਟਸ ਨਹੀਂ ਲੱਗੀਆਂ ਹੁੰਦੀਆਂ ਜਾਂ ਹੋਰ ਮੋਡੀਫਿਕੇਸ਼ਨਸ ਕੀਤੀਆਂ ਹੁੰਦੀਆਂ ਨੇ ਤਾਂ ਉਹ ਆਪਣਾ ਆਪਣਾ ਦੇਖੀਏ ਤਾਂ ਸਾਰਾ ਆਪਣਾ ਸਿਸਟਮ ਸੈੱਟ ਹੋ ਜੂਗਾ ਸੈਕਿੰਡ ਟ੍ਰੈਫਿਕ ਦੀ ਮੈਂ ਗੱਲ ਕਰਾਂ ਤਾਂ ਦੇਖੋ ਉਹਦੇ ਵਿੱਚ ਵੀ ਆਪਦੀ ਰਿਸਪੋਂਸੀਬਿਲਟੀ ਸਮਝਣੀ ਚਾਹੀਦੀ ਹੈ ਜਿੱਥੇ ਆਪਾਂ ਨੂੰ ਲੱਗਦਾ ਵੀ ਇੱਥੇ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਆ ਫਿਰ ਆਪਾਂ ਉੱਥੇ ਵਹੀਕਲ ਪਾਰਕ ਕਿਉਂ ਕਰਦੇ ਹਾਂ ਆਪਦੀ ਜੋ ਬਣਦੀ ਜਗ੍ਹਾ ਉੱਥੇ ਵਹੀਕਲ ਪਾਰਕ ਕਰਕੇ ਆਪਦਾ ਆਪਦਾ ਜੋ ਵੀ ਇੱਥੇ ਆਪਾਂ ਕੰਮ ਆਇਆ ਕੰਮ ਨੂੰ ਮੁਕੰਮਲ ਕਰੀਏ ਆਪਾਂ ਕੋਸ਼ਿਸ਼ ਕਰਦੇ ਹਾਂ ਜਿੱਥੇ ਆਪਾਂ ਗਏ ਹਾਂ ਆਪਾਂ ਉੱਥੇ ਵਹੀਕਲ ਲਾਉਣਾ ਹੈ ਰੈਦਰ ਦੈਨ ਕਿ ਮੈਂ ਕਿ ਲੋਕਾਂ ਨੂੰ ਪ੍ਰੋਬਲਮ ਆਉਂਦੀ ਹੈ ਇਹ ਦੇਖ ਕੇ ਥੋੜ੍ਹਾ ਅੱਗੇ ਲਾਇਓ ਥੋੜ੍ਹਾ ਤੁਰ ਕੇ ਆ ਜਾਂਗੇ ਤਾਂ ਕੋਈ ਵੱਡੀ ਫਰਕ ਨਹੀਂ ਪੈਂਦੀ ਬਟ ਹਾਂ ਆਮ ਰੂਟੀਨ ਦੇ ਵਿੱਚ ਬਹੁਤ ਫਰਕ ਪੈ ਜਾਣਾ ਆਉਂਦਾ ਜੇ ਹਰ ਇੱਕ ਬੰਦਾ ਇਹੀ ਸਮਝਣ ਲੱਗ ਜਾਵੇ ਸੋਚਣ ਲੱਗ ਜਾਵੇ ਇਸ ਪਰ ਸਰ ਇੱਕ ਨਾ ਜਿਵੇਂ ਆਪਾਂ ਬਾਜੇ ਅਗਰ ਬੱਸ ਸਟੈਂਡ ਦੇ ਨੇੜੇ ਤੇੜੇ ਦੀ ਗੱਲ ਕਰੀਏ ਵੀ ਚਲੋ ਸਾਰਿਆਂ ਲੋਕਾਂ ਨੇ ਆਪਦਾ ਚਲੋ ਉਹਨਾਂ ਨੂੰ ਰੋਜ਼ੀ ਰੋਟੀ ਕਹਿ ਸਕਦੇ ਹਾਂ ਜਿਹੜੇ ਛੋਟੇ ਟੈਂਪੂ ਹੈਗੇ ਆ ਇਹ ਜ਼ਿਆਦਾਤਰ ਜਿਹੜੀਆਂ ਇਸ ਰੋਡ ਦੇ ਉੱਪਰ ਸੜਕ ਦੇ ਉੱਪਰ ਜ਼ਿਆਦਾਤਰ ਉਹ ਕਹਿੰਦੇ ਉਹਨਾਂ ਦੀ ਜ਼ਿਆਦਾ ਭੀੜ ਬਣ ਜਾਂਦੀ ਆ ਜਿਹੜੇ ਲੋਕ ਸ਼ੋਪਿੰਗ ਵਾਲੇ ਆਉਂਦੇ ਉਹ ਵੀ ਕਿਤੇ ਨਾ ਕਿਤੇ ਗੱਡੀਆਂ ਖਿਲਾਰ ਦਿੰਦੇ ਆ ਫਿਰ ਉੱਥੇ ਜਿਹੜੀ ਸਮੱਸਿਆ ਕਾਫੀ ਹੁੰਦੀ ਹੈ ਜਿਹੜੇ ਉਹਨਾਂ ਲੋਕਾਂ ਨੂੰ ਤੁਸੀਂ ਕਿਸ ਤਰ੍ਹਾਂ ਦੀ ਸਲਾਹ ਦਿਓਗੇ ਵੀ ਉਹ ਕਿੱਥੇ ਕਿਹੜੇ ਤਰੀਕੇ ਨਾਲ ਉਹਦਾ ਖਿਲਾਰਨ ਪਾਰਕ ਕਰਨ ਜਿੱਥੇ ਉਹਨਾਂ ਨੂੰ ਸਵਾਰੀ ਲੈਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਅਤੇ ਆਮ ਪਬਲਿਕ ਨੂੰ ਦਿੱਕਤ ਨਾ ਆਵੇ ਇਹਨਾਂ ਨਾਲ ਆਲਰੇਡੀ ਅਸੀਂ ਇੱਕ ਮੀਟਿੰਗ ਕਰ ਚੁੱਕੇ ਹਾਂ ਅਤੇ ਉਹਨਾਂ ਨੂੰ ਜੋ ਅਸੀਂ ਦੇਖ ਰਹੇ ਹਾਂ ਕਿ ਉਹਨਾਂ ਦੇ ਜੋ ਜੋ ਉਹਨਾਂ ਦੇ ਵਹੀਕਲਸ ਨੇ ਵੀ ਉਹ ਕਿੱਥੇ ਪਾਰਕ ਹੋਣ ਜਿਹਦੇ ਨਾਲ ਸਾਰੀ ਪ੍ਰੋਬਲਮ ਹੱਲ ਹੋ ਜਾਵੇ ਇਹ ਮੈਂ ਟ੍ਰੈਫਿਕ ਵਾਲੇ ਨਾਲ ਵੀ ਗੱਲ ਕੀਤੀ ਹੈ ਤਾਂ ਉਹ ਪੁਆਇੰਟ ਆਊਟ ਲੋਕੇਸ਼ਨਸ ਪੁਆਇੰਟ ਕਰ ਰਹੇ ਆ ਫਿਰ ਉਹਦੇ ਮੁਤਾਬਕ ਅਸੀਂ ਇਹਨਾਂ ਦਾ ਵੀ ਹੱਲ ਜ਼ਰੂਰ ਕਰਾਂਗੇ ਜੀ ਸਰ ਇਸ ਟਾਈਮ ਜਿਹੜੀ ਥਾਣਾ ਮੁਖੀ ਨੂੰ ਬਾਘੇ ਪੈਣ ਦੇ ਵਿੱਚ ਕਿਹੜੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਨਸ਼ੇ ਨੂੰ ਲੈ ਕੇ ਜਾਂ ਕੋਈ ਹੋਰ ਆ ਦੇਖੋ ਥਾਣੇ ਜਾਂ ਥਾਣੇ ਮੁਖੀ ਵਾਸਤੇ ਡੇਲੀ ਕੋਈ ਨਾ ਕੋਈ ਨਵੀਂ ਚੁਣੌਤੀ ਹੁੰਦੀ ਹੈ ਜੀ ਤਾਂ ਜਿਹਦਾ ਅਸੀਂ ਪੂਰਾ ਸਾਡੇ ਕੋਲ ਜੋ ਫੈਸਿਲਿਟੀ ਸਾਡੇ ਕੋਲ ਜੋ ਵੀ ਹੁੰਦੀ ਆ ਉਹਦੇ ਨਾਲ ਅਸੀਂ ਉਹਨੂੰ ਪ੍ਰਜੋਰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਤਾਂ ਇਹ ਤਾਂ ਡੇਲੀ ਦੀ ਨਵੀਂ ਚੁਣੌਤੀ ਹੈ ਜੀ ਜੀ ਤੁਸੀਂ ਹੋਰ ਆਮ ਪਬਲਿਕ ਨੂੰ ਕੀ ਮੈਸੇਜ ਦਿਓਗੇ ਆਪਣੇ ਨਾਲ ਆਮ ਪਬਲਿਕ ਨੂੰ ਮੈਸੇਜ ਇਹੀ ਹੈ ਜੀ ਵੀ ਹਰ ਇੱਕ ਬੰਦੇ ਨੂੰ ਹਰ ਇੱਕ ਇਨਸਾਨ ਨੂੰ ਇਨਸਾਨ ਬਣਨਾ ਬਹੁਤ ਜ਼ਰੂਰੀ ਹੈ ਆਪਦੀ ਸੋਸ਼ਲ ਰਿਸਪੋਂਸੀਬਿਲਟੀ ਸਮਝਣੀ ਬਹੁਤ ਜ਼ਰੂਰੀ ਹੈ ਅੱਜ ਆਪਣੇ ਸਮਾਜ ਦੇ ਵਿੱਚ ਆਪਣੇ ਲੋਕ ਖੁਦ ਦੀ ਸਿਰਫ ਜ਼ਿੰਮੇਵਾਰੀ ਸਮਝ ਲੈਣ ਤਾਂ ਆਪਣਾ ਸਮਾਜ ਬਹੁਤ ਸੌਖਾ ਹੋ ਜਾਏਗਾ ਆਪਾਂ ਬਾਹਰ ਜਾਂਦੇ ਹਾਂ
ਇੱਥੇ ਵੀ ਆਪਣਾ ਜ਼ਿੰਮੇਵਾਰ ਹੋਣਾ ਚਾਹੀਦਾ, ਬਹੁਤ ਜ਼ਰੂਰੀ ਆ, ਇਸ ਦੇ ਟਾਈਮ ਦੀ ਲੋੜ ਆ। ਇਹ ਸਾਡੇ ਨਾਲ ਸੀਗੇ ਅਮਨਦੀਪ ਘੰਬੋ, ਜਿਹੜੇ ਕਿ ਥਾਣਾ ਮੁਖੀ ਆ ਬਾਘਾ ਪੁਰਾਣਾ ਦੇ, ਜਿਨ੍ਹਾਂ ਨੇ ਨਸ਼ੇ ਨੂੰ ਲੈ ਕੇ ਜਿਹੜੀਆਂ ਕਮੇਟੀਆਂ ਬਣੀਆਂ ਅਤੇ ਉਹਨਾਂ ਦੇ ਬਾਰੇ ਵੀ ਜਿਹੜੀ ਖੁੱਲ੍ਹ ਕੇ ਵਿਚਾਰ ਚਰਚਾ ਜਗ ਸਿੰਘ ਕੋਆਪਰੇਟਿਵ ਨਾਲ ਕੀਤੀ ਆ, ਉਹਨਾਂ ਨੇ ਕਿਹਾ ਕਿ ਜਿਹੜੇ ਬੱਚੇ ਆ ਜਿਹੜੇ ਘਰੋਂ ਆਉਂਦੇ ਆ, ਜਿਹੜੇ ਮਾਂ ਪਿਓ ਉਹਨਾਂ ਦੀ ਮੋਨੀਟਰਿੰਗ ਜ਼ਰੂਰ ਕਰਨ, ਉਹਨਾਂ ਦੇ ਉੱਤੇ ਦੇਖ ਰੇਖ ਜ਼ਰੂਰ ਕਰਨ, ਬੱਚਾ ਕਿੱਥੇ ਜਾਂਦਾ, ਕਿੰਨੇ ਵਜੇ ਆਉਂਦਾ, ਕਦੋਂ ਕਲਾਸ ਮੁੱਕਦੀ ਆ, ਜਿਹੜੀਆਂ ਇਹ ਗੱਲਾਂ ਦੇ ਪੂਰੇ ਜਿਹੜਾ ਧਿਆਨ ਆ ਉਹ ਦੇਣ ਦੀ ਲੋੜ। ਇਕੱਲਾ ਸਰਕਾਰ ਜਾਂ ਆਪਾਂ ਪੁਲਿਸ ਦੇ ਉੱਪਰ ਗੁੱਸਾ ਕਰਨ ਦੀ ਬਜਾਏ ਆਪਣੀ ਜ਼ਿੰਮੇਵਾਰੀ ਬਣਦੀ ਹੈ ਵੀ ਆਪਾਂ ਆਪਣੇ ਬੱਚਿਆਂ ਨੂੰ ਕਿਸ ਤਰੀਕੇ ਨਾਲ ਧਿਆਨ ਦੇਣਾ, ਉਹਨਾਂ ਜਿੱਥੇ ਜਿੱਥੇ ਵੀ ਪੜ੍ਹਦੇ ਆ ਉਹਨਾਂ ਦੀ ਚੈਕਿੰਗ ਕਿਸ ਤਰੀਕੇ ਨਾਲ ਕਰਨੀ। ਇਹਨਾਂ ਨੇ ਵੀ ਆਖਿਆ ਅਤੇ ਖਾਸ ਕਰਕੇ ਜਿੰਨੇ ਵੀ ਇੰਸਟੀਚਿਊਟ ਹੈਗੇ ਆ ਜਾਂ ਸਕੂਲ ਆ ਕਾਲਜ ਹੈਗੇ ਆ, ਉਹ ਵੀ ਜਿਹੜੇ ਬੱਚੇ ਉਹਨਾਂ ਕੋਲ ਪੜ੍ਹਦੇ ਹੈਗੇ ਆ ਉਹ ਵੀ ਜ਼ਰੂਰ ਧਿਆਨ ਦੇਣ, ਕਿਉਂਕਿ ਆਪਾਂ ਸਮਾਜ ਨੂੰ ਬਚਾਉਣ ਲਈ ਆਪਾਂ ਵੀ ਆਪਦਾ ਯੋਗਦਾਨ ਪਾਈਏ, ਕਿਉਂਕਿ ਆਪਾਂ ਸਟੱਡੀ ਜਾਂ ਵਿੱਦਿਆ ਦਾ ਪ੍ਰਦਾਨ ਕਰ ਰਹੇ ਹਾਂ। ਕਈ ਇਹ ਚੀਜ਼ਾਂ ਵੀ ਹੁੰਦੀਆਂ ਜਿੱਥੇ ਆਪਾਂ ਉਹਨਾਂ ਦੀ ਹਾਜ਼ਰੀ ਵੀ ਚੈੱਕ ਕਰਨੀ ਹੁੰਦੀ ਆ। ਕੋਸ਼ਿਸ਼ ਕਰਿਆ ਕਰੋ ਤੁਸੀਂ ਵੀ ਇਸ ਕੰਮ ਦੇ ਵਿੱਚ, ਇਸ ਚੰਗੇ ਕੰਮ ਦੇ ਵਿੱਚ ਆਪਦਾ ਯੋਗਦਾਨ ਪਾਵੋ ਅਤੇ ਬੱਚਿਆਂ ਨੂੰ ਚੰਗੀ ਲੀਹ 'ਤੇ ਤੋਰਨ ਵਾਸਤੇ ਅਤੇ ਚੰਗਾ ਸਮਾਜ ਬਣਾਉਣ ਲਈ। ਅਤੇ ਉਮੀਦ ਕਰਦੇ ਹਾਂ ਤੁਸੀਂ ਸਾਡੇ ਇਸ ਸੁਨੇਹਾ ਨੂੰ ਸ਼ੇਅਰ ਵੀ ਕਰੋਗੇ ਅਤੇ ਸਾਡਾ ਪੇਜ ਲਾਈਕ ਵੀ ਕਰੋਗੇ, ਅਤੇ ਖਾਸ ਕਰਕੇ ਇੰਸਪੈਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਾਡੇ ਲਈ ਇਸ ਗੱਲ ਲਈ ਸਮਾਂ ਕੱਢਿਆ। ਵਿਸ਼ੇਸ਼ ਤੌਰ 'ਤੇ ਬੁਲਾਇਆ ਗਿਆ ਸੀ ਇਹਨਾਂ ਨੂੰ ਕਿਉਂਕਿ ਅਸੀਂ ਚਾਹੁੰਦੇ ਸੀ ਵੀ ਜਿਹੜਾ ਮੈਸੇਜ ਆ ਇਹਨਾਂ ਦਾ ਆਮ ਪਬਲਿਕ ਤੱਕ ਪਹੁੰਚੇ, ਤਾਂ ਕਿ ਜਿਹੜੇ ਅੱਗੇ ਆਉਣ ਵਾਲੀ ਕੋਈ ਸਮੱਸਿਆ ਤੋਂ ਆਪਾਂ ਨਿਜਾਤ ਮਿਲ ਸਕੇ। ਉਮੀਦ ਕਰਦਾ ਵੀ ਤੁਸੀਂ ਸਾਡੀ ਇਸ ਗੱਲਬਾਤ ਨੂੰ ਸ਼ੇਅਰ ਕਰੋਗੇ। ਬਹੁਤ ਧੰਨਵਾਦ।